ਤੇ ਬੋਰਡ ਲੱਗਿਆ ਵੀ ਸਾਵਧਾਨ ਇਹਦੇ 'ਚ ਇੰਨਾ ਕਰੰਟ ਹੈ, ਉਹ ਡਰਾਉਣ ਵਾਸਤੇ ਥੋੜ੍ਹੀ ਲਾਏ ਨੇ, ਉਹ ਚੇਤਾਵਨੀ ਵਾਸਤੇ ਲੱਗੇ ਨੇ ਵੀ ਭਲਿਆ ਇਹਨੂੰ ਛੂਹ ਨਾ ਲਈ, ਇਹਦੇ 'ਚ ਵਾਕਈ ਇੰਨਾ ਕਰੰਟ ਹੈ। ਬਾਣੀ ਜਦੋਂ ਕਹਿੰਦੀ ਹੈ ਨਾ ਵੀ ਸਾਰਾ ਕੁਝ ਖਤਮ ਹੋ ਜਾਣਾ, ਉਦੋਂ ਡਰਾਉਂਦੀ ਨਹੀਂ, ਬਾਣੀ ਉਦੋਂ ਚੇਤਨ ਕਰਦੀ ਹੈ ਵੀ ਜਾਗ ਜਾ, ਜਾਗ ਰੇ ਮਨ ਜਾਗਣ ਹਾਰੇ, ਬਿਨ ਹਰ ਅਵਰ ਨਾ ਅਵਸਕਾਮਾ, ਝੂਠਾ ਮੋਹ ਮਿਥਿਆ ਪਸਾਰੇ। ਬਾਣੀ ਤੇ ਚੇਤਨਤਾ ਦਿੰਦੀ ਹੈ, ਬਾਣੀ ਤੇ ਜਗਾਉਂਦੀ ਹੈ ਸੁੱਤੇ ਹੋਏ ਮਨ ਨੂੰ, ਬਾਣੀ ਡਰਾਉਂਦੀ ਨਹੀਂ। ਇਹ ਵੈਰਾਗ ਪੈਦਾ ਉਦੋਂ ਹੁੰਦਾ ਹੈ ਜਦੋਂ ਗੁਰੂ ਦਾ ਸ਼ਬਦ ਮਿੱਠਾ ਲੱਗਦਾ ਹੈ, ਜਦੋਂ ਗੁਰੂ ਦੀ ਗੱਲ ਚੰਗੀ ਲੱਗਦੀ ਹੈ, ਤੇ ਗੁਰੂ ਦੀ ਗੱਲ ਉਦੋਂ ਚੰਗੀ ਲੱਗਦੀ ਹੈ ਜਦੋਂ ਮੰਨ ਲਈਏ। ਜੇ ਮੰਨੀਏ ਨਾ ਫਿਰ ਗੁਰੂ ਦੀ ਗੱਲ ਮਾਫ਼ ਕਰਦੇ ਆ, ਜੇ ਫਿਰ ਉਹਦਾ ਮੁੱਲ ਨਹੀਂ ਸਾਨੂੰ ਪਤਾ, ਉਹਦੀ ਕੀਮਤ ਸਾਨੂੰ ਪਤਾ ਨਹੀਂ। ਇਹ ਸਭ ਕੁਝ ਪੜ੍ਹੇ ਦਾ ਮੁੱਲ ਉਦੋਂ ਹੈ ਜਦੋਂ ਇਹਨੂੰ ਅਪਣਾ ਲਿਆ ਜੀਵਨ ਦੇ ਵਿੱਚ, ਜਦੋਂ ਇਸ ਗਿਆਨ ਨੂੰ ਪੜ੍ਹ ਕੇ ਤੇ ਜੀਵਨ ਦਾ ਅੰਗ ਬਣਾ ਲਿਆ, ਫਿਰ ਤੇ ਮੁੱਲ ਹੈ, ਫਿਰ ਤੇ ਮਤ ਵਿੱਚ ਰਤਨ ਜਵਾਹਰ ਮਾਣਕ ਹੋ ਜਾਂਦੇ ਨੇ। ਜੇ ਇੱਕ ਸਿੱਖਿਆ ਗੁਰੂ ਦੀ ਸੁਣ ਲਈਏ ਨਾ, ਸਿੱਖਿਆ ਨੂੰ ਧਾਰਨ ਕਰ ਲਈਏ ਗੁਰੂ ਦੀ ਸਿੱਖਿਆ ਨੂੰ, ਤੇ ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਫਿਰ ਮਤ ਜਿਹੜੀ ਆ ਉਹ ਬੜੀ ਕੀਮਤੀ, ਸੋਚ ਜਿਹੜੀ ਆ ਉਹ ਰਤਨਾ ਜਵਾਹਰਾਂ ਵਰਗੀ ਕੀਮਤੀ, ਵਿਚਾਰ ਕੀਮਤੀ ਹੋ ਜਾਂਦੇ ਨੇ ਜਿਹੜਾ ਗੁਰੂ ਦੀ ਸਿੱਖਿਆ ਨੂੰ ਅਪਣਾ ਲੈਂਦਾ। ਜਿੰਨੀ ਸੁਣ ਕੇ ਮੰਨਿਆ, ਜਿਨ੍ਹਾਂ ਨੇ ਸੁਣ ਕੇ ਇਸ ਗੱਲ ਨੂੰ ਮੰਨ ਲਿਆ, ਇਹ ਉਹਨਾਂ ਵਾਸਤੇ ਕੀਮਤੀ ਹੈ ਬਚਨ, ਉਹਨਾਂ ਵਾਸਤੇ ਹੀਰਾ, ਉਹਨਾਂ ਵਾਸਤੇ ਰਤਨ ਹੈ ਗੁਰੂ ਦਾ ਸ਼ਬਦ। ਪਰ ਮਾਫ਼ ਕਰਿਆ ਜੀ, ਜੇ ਨਮਸਕਾਰ ਕਰੀ ਜਾਂਦੇ ਹਾਂ, ਪਾਠ ਕਰੀ ਜਾਂਦੇ ਹਾਂ, ਤੇ ਜੀਵਨ 'ਚ ਬਦਲਾਵ ਕੋਈ ਨਹੀਂ, ਜੀਵਨ ਉੱਦਾਂ ਦਾ ਉੱਦਾਂ ਹੀ ਚੱਲੀ ਜਾਂਦਾ, ਉਹ ਝੂਠ ਫਰੇਬ ਠੱਗੀ ਠੋਰੀ ਸਭ ਕੁਝ ਉੱਦਾਂ ਹੀ ਹੈ, ਤੇ ਫਿਰ ਮਾਫ਼ ਕਰਿਆ ਜੇ ਉਹ ਗੁਰੂ ਦੀ ਸਿੱਖਿਆ ਦੇ ਧਾਰਨੀ ਨਹੀਂ ਬਣੇ ਹਾਲੇ। ਭਾਵੇਂ ਪਹਿਰਾਵੇ ਕਰਕੇ, ਮੈਂ ਦੋਵੇਂ ਹੱਥ ਜੋੜ ਕੇ ਮਾਫ਼ੀ ਮੰਗਾਂ, ਪਹਿਰਾਵੇ ਕਰਕੇ ਭਾਵੇਂ ਅੰਮ੍ਰਿਤਧਾਰੀ ਹੋਈਏ, ਪਰ ਉਹ ਸਿਮਰਨ, ਉਹ ਯਾਦ, ਉਹ ਚੇਤਾ, ਉਹ ਗੁਰੂ ਦਾ ਸ਼ਬਦ, ਉਹ ਹਿਰਦੇ 'ਚ ਵਸਿਆ ਨਹੀਂ। ਜੇ ਸੜਕ 'ਤੇ ਜਾਂਦਿਆਂ ਵੀ ਪਰਾਇਆ ਰੂਪ ਤੱਕ ਕੇ ਮੈਨੂੰ ਉਹਦੇ 'ਚੋਂ ਆਪਣੀ ਬੇਟੀ, ਆਪਣੀ ਭੈਣ, ਆਪਣੀ ਮਾਂ ਨਜ਼ਰ ਨਹੀਂ ਆਈ, ਤੇ ਇਹਦਾ ਮਤਲਬ ਵੀ ਮੈਂ ਗੁਰੂ ਦੀ ਸਿੱਖਿਆ ਨੂੰ ਹਾਲੇ ਪੜ੍ਹਿਆ ਕੋਈ ਨਹੀਂ। ਮੈਂ ਨਾ ਤਾਂ ਸੁਖਮਨੀ ਸਾਹਿਬ ਨੂੰ ਪੜ੍ਹਿਆ ਚੱਜ ਨਾਲ, ਨਾ ਮੈਂ ਗੁਰੂ ਦੀ ਸਿੱਖਿਆ ਨੂੰ ਜਾਣਿਆ। ਦੇਖ ਪਰਾਈਆਂ ਚੰਗੀਆਂ, ਭਾਈ ਗੁਰਦਾਸ ਜੀ ਕਹਿੰਦੇ ਨੇ ਮਾਵਾਂ ਭੈਣਾਂ ਧੀਆਂ ਜਾਣਾ, ਭਾਈ ਗੁਰਦਾਸ ਜੀ ਦੀ ਰਚਨਾ ਨੂੰ ਬਾਣੀ ਦੀ ਕੁੰਜੀ ਕਹਿੰਦੇ ਆ, ਵੀ ਜਿੱਥੇ ਲੋਕ ਲੱਗ ਜਾਏ ਨਾ, ਬਾਣੀ ਦੀ ਸਮਝ ਨਾ ਆਵੇ, ਉੱਥੇ ਭਾਈ ਗੁਰਦਾਸ ਜੀ ਦੀ ਰਚਨਾ ਨੂੰ ਪੜ੍ਹ ਲਈਏ ਤੇ ਸੁਖਾਲੀ ਸਮਝ ਆ ਜਾਂਦੀ ਹੈ। ਇਹ ਵਰਦਾਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਭਾਈ ਗੁਰਦਾਸ ਦੀ ਰਚਨਾ ਨੂੰ ਦਿੱਤਾ। ਹੁਣ ਉਹ ਕਹਿੰਦੇ ਨੇ ਵੀ ਜਦੋਂ ਕਿਸੇ ਚੰਗੀ ਇਸਤਰੀ ਨੂੰ ਵੇਖੇ, ਭਲੀ ਮਾਨਸ ਔਰਤ, ਚੰਗੀ ਔਰਤ ਨੂੰ ਵੇਖੇ, ਤੇ ਤੈਨੂੰ ਉਹਦੇ ਵਿੱਚੋਂ ਆਪਣੀ ਮਾਂ ਭੈਣ ਧੀ ਨਜ਼ਰ ਆਵੇ, ਇਸ ਅਵਸਥਾ ਦਾ ਧਾਰਨੀ ਬਣ ਜਾਏ। ਸੁਖਮਨੀ ਸਾਹਿਬ ਦੇ ਅੰਦਰ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਸੁੱਖਾਂ ਦੀ ਮਣੀ ਬਾਣੀ, ਕਹਿੰਦੇ ਜਿੱਥੇ ਪੜ੍ਹ ਲਈਏ ਸੁੱਖਾਂ ਦਾ ਪ੍ਰਕਾਸ਼ ਹੋ ਜਾਂਦਾ, ਘਰ 'ਚ ਬਿਲਕੁਲ ਹੋ ਜਾਂਦਾ, ਇਹਦੇ 'ਚ ਕੋਈ ਸ਼ੰਕਾ ਨਹੀਂ। ਪਰ ਜੇ ਉਹਦੇ ਟਰਮਸ ਐਂਡ ਕੰਡੀਸ਼ਨਸ ਅਸੀਂ ਪੂਰੇ ਕਰ ਦੇਈਏ ਫੇਰ ਉਹਦਾ ਨਹੀਂ। ਉਹ ਕਹਿੰਦੇ ਨੇ ਪਾਰਤਰੀਆ ਰੂਪਣਾ ਪੇਖਿਆ ਨੇਤਰ, ਗੱਲ ਬੜੀ ਸਿੱਧੀ ਤੇ ਸਪਸ਼ਟ ਹੈ ਵੀ ਪਰਾਈ ਇਸਤਰੀ ਦਾ ਰੂਪ ਇਹ ਅੱਖਾਂ ਨਾ ਵੇਖਣ। ਹੁਣ ਜੇ ਸੁਖਮਨੀ ਸਾਹਿਬ ਵੀ ਪੜ੍ਹਿਆ ਤੇ ਗੁਸਤਾਖੀ ਮਾਫ਼, ਵੀ ਗੁਰਦੁਆਰੇ 'ਚ ਬੈਠਾ ਹੱਥ 'ਚ ਗੁਟਕਾ, ਤੇ ਜੇ ਹਾਲੇ ਵੀ ਪਰਾਇਆ ਰੂਪ ਤਾਕੇ ਦੇ ਅੰਦਰ ਵਿਕਾਰ ਚਲੀ ਜਾਂਦੇ ਨੇ, ਫਿਰ ਸੁਖਮਨੀ ਸਾਹਿਬ ਪੜ੍ਹਿਆ ਤੇ ਨਹੀਂ ਗਿਆ ਨਾ ਜੀ, ਫਿਰ ਨਹੀਂ ਜਾਣਿਆ, ਫਿਰ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਬਾਣੀ ਨਾਲ ਸਾਂਝ ਨਹੀਂ ਪਈ ਹਾਲੇ। ਭਾਵੇਂ ਪਹਿਰਾਵਾ ਕਰ ਜਿਹੜਾ ਮਰਜ਼ੀ ਹੋਵੇ, ਜੇ ਅੰਦਰ ਹਨੇਰਾ ਹੈ ਹਾਲੇ ਤੱਕ, ਗੁਰੂ ਦੇ ਗਿਆਨ ਦਾ ਪ੍ਰਕਾਸ਼ ਨਹੀਂ ਹੋਇਆ ਅੰਦਰ, ਅੰਦਰ ਹਿਰਦੇ ਦੀ ਜੋਤ ਨਹੀਂ ਜਗੀ, ਤੇ ਗੁਸਤਾਖੀ ਮਾਫ਼ ਵੀ ਇੱਥੇ ਜਿੰਨੀਆਂ ਮਰਜ਼ੀ ਮੋਮਬੱਤੀਆਂ ਬਾਲ ਬਾਲ ਕੇ ਮਾਰਚ ਕੱਢੀ ਤੁਰੇ ਜਾਓ, ਦੁਨੀਆਂ ਨਹੀਂ ਬਦਲਣ ਲੱਗੀ ਜਿੰਨਾ ਚਿਰ ਸਾਡੇ ਹਿਰਦੇ ਦੇ ਅੰਦਰ ਉਹ ਦੀਪਕ ਨਹੀਂ ਬਲਿਆ। ਇੱਥੇ ਕੁਝ ਵੀ ਵਾਪਰਦਾ ਧਰਤੀ ਦੇ ਕਿਸੇ ਟੁਕੜੇ 'ਤੇ, ਦਿੱਲੀ 'ਚ ਇੱਕ ਕਾਂਡ ਹੁੰਦਾ, ਉਹਦੇ ਬਾਅਦ ਅਸੀਂ ਲੱਖਾਂ ਮੋਮਬੱਤੀਆਂ ਲੈ ਕੇ ਇੰਡੀਆ ਗੇਟ 'ਤੇ ਪਹੁੰਚ ਜਾਂਦੇ ਹਾਂ। ਗੁਸਤਾਖੀ ਮਾਫ਼, ਜਿੰਨਾ ਚਿਰ ਸਾਡੇ ਆਪਣੇ ਅੰਦਰ ਦੀ ਸੁਰਤ, ਸਾਡੇ ਆਪਣੇ ਅੰਦਰ ਦੀ ਸੋਚ ਦਾ ਦੀਵਾ ਨਹੀਂ ਬਲਿਆ, ਉਹਨਾਂ ਚਿਰ ਉੱਥੇ ਮੋਮਬੱਤੀਆਂ ਬਾਲਣਾ ਉਸ ਚੀਜ਼ ਨੂੰ ਹਾਲੇ ਤੱਕ ਰੋਕ ਨਹੀਂ ਲੱਗੀ, ਉਹ ਰੁਕ ਨਹੀਂ ਗਈ। ਪ੍ਰਕਾਸ਼ ਕਿੱਥੇ ਹੋਣਾ ਸੀ ਜੀ? ਸਾਡੇ ਅੰਦਰ। ਦੀਵਾ ਕਿੱਥੇ ਬਾਲਣਾ ਸੀ? ਅੰਦਰ ਦਾ, ਮਨ ਦਾ, ਤਾਂ ਕਿ ਇਹਨਾਂ ਅੱਖਾਂ ਨੂੰ ਵੇਖਣ ਦੀ ਜਾਚ ਆ ਜਾਂਦੀ, ਇਸ ਜੀਵ ਨੂੰ ਬੋਲਣ ਦੀ ਜਾਚ ਆ ਜਾਂਦੀ। ਜਿਹੜਾ ਬਚਨ ਵਾਚਨ ਦਾ ਯਤਨ ਕਰ ਰਹੇ ਨਾ, ਇਹ ਗੁਰੂ ਨਾਨਕ ਦੇਵ ਪਾਤਸ਼ਾਹ ਦਾ। ਹਜ਼ੂਰ ਨੇ ਜਨੇਊ ਪਾਉਣ ਤੋਂ ਨਾ ਕਰ ਦਿੱਤੀ, ਇਹ ਆਪਾਂ ਸਾਰਿਆਂ ਨੂੰ ਪਤਾ, ਪਰ ਨਾ ਕਿਉਂ ਕੀਤੀ? ਇਨਕਾਰ ਕਰਨ ਦਾ ਕਾਰਨ ਕੀ ਸੀ? ਹੁਣੇ ਆਸਾ ਦੀ ਵਾਰ ਨਾਲ ਤੁਸੀਂ ਸਾਂਝ ਪਾ ਰਹੇ ਸੀ ਸਾਰੇ, ਆਪਾਂ ਸਰਵਣ ਕੀਤੀ ਹੈ,
ਹਜ਼ੂਰ ਨੇ ਕਿਹਾ ਤਾਗਣਾ ਇੰਦਰੀ ਤਾਗਣਾ ਨਾਰੀ, ਇੱਥੇ ਨਾਰੀ ਸ਼ਬਦ ਨਹੀਂ, ਨਾਰੀ ਹੈ, ਨਾੜੀਆਂ ਨੂੰ ਇੰਦਰੀਆਂ ਨੂੰ ਕੋਈ ਧਾਗਾ ਨਹੀਂ, ਇਸ ਅੱਖਾਂ ਨੂੰ ਕੋਈ ਧਾਗਾ ਨਹੀਂ ਪਾਇਆ, ਕੋਈ ਜਨੇਊ ਨਹੀਂ ਪਾਇਆ ਤੂੰ ਅੱਜ ਤੱਕ, ਜੀਭ ਨੂੰ ਜਨੇਊ ਨਹੀਂ ਪਾਇਆ ਤੂੰ ਨਿੰਦਾ ਕਰਦਾ, ਅੱਖਾਂ ਨਾਲ ਤੂੰ ਡੋਲਦਾ, ਤੇਰੇ ਅੰਦਰ ਵਿਕਾਰ ਚੱਲਦੇ ਨੇ ਪਰਾਇਆ ਰੂਪ ਵੇਖ ਕੇ, ਇੰਦਰੀਆਂ ਨੂੰ ਕੋਈ ਜਨੇਊ ਨਹੀਂ ਪਾਇਆ, ਭਲਕੇ ਥੁੱਕ ਪਵੇ ਨਿੱਤ ਦਾੜੀ, ਇਹ ਬੇਇੱਜ਼ਤੀ ਦਾ ਕਾਰਨ ਬਣ ਗਏ ਤੇਰੀ, ਜਦੋਂ ਇਹਨਾਂ ਨੂੰ ਕੋਈ ਧਾਗਾ ਨਹੀਂ ਤੇ ਫਿਰ ਕਹਿੰਦੇ ਸਰੀਰ ਦੇ ਉੱਤੇ ਧਾਗਾ ਧਾਰਨ ਕਰਨ ਦਾ ਮੈਂ ਇਸ ਗੱਲ ਦੇ ਉੱਤੇ ਸਹਿਮਤ ਨਹੀਂ, ਇਹ ਧਾਗਾ ਧਾਰਨ ਕਰ ਲੈਣਾ ਕੀ ਹੋ ਜਾਏਗਾ ਜਦੋਂ ਇਹ ਸਾਰੀਆਂ ਚੀਜ਼ਾਂ ਖੁੱਲੀਆਂ ਫਿਰਦੀਆਂ ਨੇ, ਕੀ ਇਹ ਗੱਲ ਕੇਵਲ ਤੇ ਕੇਵਲ ਹਿੰਦੂ ਮਤ ਦੇ ਵੀਰਾਂ ਵਾਸਤੇ ਆਖੀ ਗਈ? ਨਹੀਂ, ਇਹ ਗੱਲ ਪਹਿਲਾਂ ਸਿੱਖ ਤੇ ਲਾਗੂ ਹੁੰਦੀ ਹੈ, ਉਹਦੇ ਬਾਅਦ ਕਿਸੇ ਹੋਰ ਵਾਸਤੇ ਉਪਦੇਸ਼ ਹੁੰਦਾ, ਇਹ ਪਹਿਲਾਂ ਸਾਨੂੰ ਆਖਿਆ ਗਿਆ। ਜੇ ਗਾਤਰਾ ਪਾਇਆ ਗੁਸਤਾਖੀ ਮਾਫ਼ ਪੰਜ ਕਕਾਰਾਂ ਦਾ ਧਾਰਨੀ ਹੈ, ਉਹਦੇ ਬਾਵਜੂਦ ਕਰਮ ਨਹੀਂ ਸੁਧਰੇ, ਕਰਮ ਮਾੜਾ ਕਰਦਾ ਹੈ, ਤੇ ਫਿਰ ਬਾਬਾ ਫਰੀਦ ਜੀ ਦਾ ਉਹ ਸਲੋਕ ਸਾਡੇ ਤੇ ਬਿਲਕੁਲ ਢੁਕਦਾ, ਵੀ ਇਹ ਕੱਪੜੇ ਬੜੇ ਉਜਲੇ, ਇਹ ਵਰਦੀਆਂ ਬਹੁਤ ਸੋਹਣੀਆਂ, ਇਹ ਵੇਸ ਬੜੇ ਸੋਹਣੇ, ਪਰ ਜੇ ਅੰਦਰ ਅੱਜ ਵੀ ਵਿਕਾਰ ਚੱਲਦੇ ਨੇ, ਗੱਲਾਂ ਨਾਲ ਗਿਆਨ, ਜ਼ੁਬਾਨ ਨਾਲ ਗਿਆਨ ਵੰਡ ਰਿਹਾ, ਤੇਰੇ ਅੰਦਰ ਉਹ ਗਿਆਨ ਦਾ ਤੂੰ ਧਾਰਨੀ ਨਹੀਂ। ਤੇ ਫਿਰ ਬਾਬਾ ਫਰੀਦ ਜੀ ਬੜੀ ਸੋਹਣੀ ਗੱਲ ਕਹਿੰਦੇ ਨੇ, ਫਰੀਦਾ ਕੰਨ ਮਸੱਲਾ ਸੂਫ ਗਲ, ਮਸਾਲਾ ਉਸ ਕੱਪੜੇ ਨੂੰ ਕਹਿੰਦੇ ਆ ਜੀ, ਜਿਹੜਾ ਮੋਢੇ ਤੇ ਮੁਸਲਮਾਨ ਵੀਰ ਰੱਖਦੇ ਨੇ ਨਮਾਜ਼ ਪੜ੍ਹਨ ਵਾਸਤੇ, ਵਿਛਾ ਕੇ ਨਮਾਜ਼ ਪੜ੍ਹਦੇ ਨੇ, ਸਲੋਕ ਬਾਬਾ ਫਰੀਦ ਜੀ ਦਾ, ਇਹ ਬਾਣੀ ਐਸੀ ਡਾਢੀ ਹੈ ਨਾ ਗੁਰੂ ਸਵਾਰਿਓ, ਇੱਥੇ ਬਾਬਾ ਫਰੀਦ ਜੀ ਵੀ ਬੈਠੇ ਨੇ, ਇੱਕੋ ਇੱਕ ਗ੍ਰੰਥ ਹੈ ਦੁਨੀਆਂ ਦਾ, ਇੱਕੋ ਇੱਕ ਗੁਰੂ ਹੈ ਜਿਹਦੇ 'ਚ ਬਾਬਾ ਫਰੀਦ ਉੱਠ ਕੇ ਸਵੇਰੇ ਨਮਾਜ਼ ਪੜ੍ਹਨ ਦੀ ਤਾਕੀਦ ਕਰਦਾ ਹੈ, ਅਤੇ ਬਾਬਾ ਕਬੀਰ ਜੀ ਉੱਠ ਕੇ ਬੰਦਗੀ ਕਰਨ ਦੀ ਤਾਕੀਦ ਕਰਦੇ ਨੇ, ਅਤੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਇਸ਼ਨਾਨ ਕਰਕੇ ਉਸ ਪ੍ਰਭੂ ਨੂੰ ਸਿਮਰਨ ਦੀ ਤਾਕੀਦ ਕਰਦੇ ਨੇ, ਇੱਕੋ ਗ੍ਰੰਥ ਦੇ ਵਿੱਚ ਸਾਰਾ ਕੁਝ ਪਿਆ। ਉਹ ਕਹਿੰਦੇ ਤੇਰੇ ਕੰਨ 'ਤੇ ਮਸੱਲਾ, ਉਹ ਕੱਪੜਾ ਵੇਖ ਕੇ, ਤੇਰੀ ਵਰਦੀ ਵੇਖ ਕੇ, ਗੱਲ ਪਹਿਰਾਵੇ ਦੀ ਹੈ, ਸੂਫ ਗੱਲ, ਸੂਫੀਆਂ ਵਾਲੇ ਕੱਪੜੇ ਤੇਰੇ ਗੱਲ 'ਚ ਪਾਏ ਵੇਖ ਕੇ, ਦਿਲ ਕਾਤੀ ਗੁੜਵਾਤ, ਤੇਰੇ ਦਿਲ ਦੇ ਅੰਦਰ ਕੈਂਚੀ ਹੈ ਜਿਹੜੀ ਕੱਟੀ ਜਾਂਦੀ ਹੈ, ਕਾਤੀ ਦਾ ਅਰਥ ਹੈ ਜੀ ਕੈਂਚੀ, ਤੇਰੀਆਂ ਗੱਲਾਂ ਗੁੜ ਵਰਗੀਆਂ ਮਿੱਠੀਆਂ ਨੇ, ਜਦੋਂ ਕੋਈ ਸੁਣ ਲੈਂਦਾ ਕਹਿੰਦਾ ਕਿਆ ਬਾਤ ਹੈ, ਗਿਆਨ ਬੜਾ, ਜਾਣਕਾਰੀ ਬੜੀ ਹੈ, ਇਹ ਬੜਾ ਗਿਆਨੀ ਹੈ। ਕਹਿੰਦੇ ਗੱਲਾਂ ਬਹੁਤ ਮਿੱਠੀਆਂ, ਦਿਲ ਦੇ ਅੰਦਰ ਕੈਂਚੀ ਹੈ, ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ, ਲੋਕਾਂ ਨੂੰ ਬਾਹਰ ਵੇਖਣ ਨੂੰ ਬੜਾ ਚਾਨਣ ਦਿਖਦਾ ਵੀ ਬੜਾ ਗੁਰਸਿੱਖ ਹੈ, ਪਹਿਰਾਵੇ ਕਰਕੇ ਲੋਕ ਭੁਲੇਖਾ ਖਾ ਜਾਂਦੇ ਨੇ। ਇਹ ਗੱਲ ਕੇਵਲ ਮੁਸਲਮਾਨ ਵੀਰ ਵਾਸਤੇ ਨਹੀਂ, ਇਹ ਸਿੱਖ 'ਤੇ ਵੀ ਲਾਗੂ ਹੁੰਦੀ ਹੈ ਕਿ ਸਾਡੇ ਪਹਿਰਾਵੇ ਨੂੰ ਵੇਖ ਕੇ ਗੁਰਸਿੱਖ, ਮੈਂ ਪਹਿਲਾਂ ਕਿਹਾ ਗੁਰਸਿੱਖ ਹੋ ਜਾਣਾ, ਸਹਿਜਤਾ 'ਚ ਗੁਰਸਿੱਖੀ ਆ ਜਾਣੀ ਉਹ ਇੱਕ ਵੱਖਰੀ ਖੇਡ ਹੈ, ਅਤੇ ਗੁਰਸਿੱਖ ਦਿਸਣਾ ਉਹ ਇੱਕ ਵੱਖਰੀ ਖੇਡ ਹੈ, ਲੋਕਾਂ ਨੂੰ ਦਿਖਾਉਣ ਵਾਸਤੇ ਗੁਰਸਿੱਖੀ ਪ੍ਰਗਟ ਕਰਨੀ ਉਹ ਇੱਕ ਵੱਖਰੀ ਗੱਲ, ਅਤੇ ਨੈਚੁਰਲ ਤੌਰ 'ਤੇ ਗੁਰਸਿੱਖੀ ਧਾਰਨ ਕਰ ਲੈਣੀ ਮਨ ਦੇ ਵਿੱਚ, ਹੁਣ ਕਰਮ ਗੁਰਸਿੱਖੀ ਵਾਲੇ ਨੇ, ਵਿਖਾਵਾ ਗੁਰਸਿੱਖੀ ਵਾਲਾ ਨਹੀਂ ਰਿਹਾ। ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ, ਲੋਕਾਂ ਨੂੰ ਬਾਹਰ ਵੇਖਣ ਨੂੰ ਬੜਾ ਚਾਨਣ ਨਜ਼ਰ ਆਉਂਦਾ ਵੀ ਇਹਨੂੰ ਗਿਆਨ ਹੈ, ਇਹਨੂੰ ਪਤਾ ਹੈ, ਇਹਨੂੰ ਸੋਝੀ ਹੈ, ਇਹਨੂੰ ਹਰ ਗੱਲ ਦੀ ਸਮਝ ਹੈ, ਲੋਕ ਇਹ ਉਮੀਦ ਕਰਦੇ ਨੇ ਸਾਡੇ ਤੋਂ, ਅਤੇ ਅਸੀਂ ਜਾਣਦੇ ਹਾਂ ਵੀ ਸਾਡੇ ਅੰਦਰ 'ਤੇ ਉਹ ਸ਼ਬਦ ਦਾ ਦੀਵਾ ਜਗਿਆ ਕੋਈ ਨਹੀਂ, ਅੰਦਰ 'ਤੇ ਹਨੇਰਾ ਹੀ ਹਨੇਰਾ ਪਿਆ, ਅੰਦਰ 'ਤੇ ਵਿਕਾਰ ਹੀ ਚੱਲੀ ਜਾਂਦੇ ਨੇ। ਮਾਫ਼ ਕਰਿਆ ਜੇ ਕਥਾ ਕਰਦੇ ਹਾਂ, ਮੇਰੇ ਅੰਦਰ ਵਿਚਾਰ ਕਿਹੜੇ ਚੱਲ ਰਹੇ ਨੇ ਤੁਸੀਂ ਨਹੀਂ ਜਾਣ ਸਕਦੇ, ਅਤੇ ਤੁਹਾਡੇ ਅੰਦਰ ਸੁਣਦਿਆਂ ਕਿਹੜੇ ਵਿਚਾਰ ਚੱਲਦੇ ਨੇ ਮੈਂ ਨਹੀਂ ਜਾਣ ਸਕਦਾ। ਹਰ ਬੰਦਾ ਆਪਣਾ ਜੱਜ, ਆਪਣਾ ਰਹਿਬਰ ਹਰ ਬੰਦਾ ਆਪ ਬਣਦਾ, ਕਿਉਂਕਿ ਆਪਣੇ ਮਨ ਨੂੰ ਹਰ ਇਨਸਾਨ ਆਪ ਜਾਣਦਾ ਵੀ ਮੇਰੇ ਅੰਦਰ ਕਿੱਦਾਂ ਦਾ ਮੈਂ। ਮੈਂ ਬਾਹਰ ਦੁਨੀਆਂ ਨੂੰ ਸ਼ੋਅ ਕਰ ਸਕਦਾ ਵੀ ਬਹੁਤ ਚੰਗਾ, ਮੈਂ ਦੁਨੀਆਂ ਨੂੰ ਦਿਖਾਵਾ ਕਰ ਸਕਦਾ ਚੰਗੇ ਹੋਣ ਦਾ, ਪਰ ਮੈਂ ਚੰਗਾ ਹਾਂ ਜਾਂ ਨਹੀਂ ਇਹ ਮੈਂ ਹੀ ਜਾਣਦਾ, ਇਹ ਮੇਰਾ ਮਨ ਜਾਣਦਾ ਜਾਂ ਉਹ ਅਕਾਲ ਪੁਰਖ ਵਾਹਿਗੁਰੂ ਜਾਣਦਾ। ਇਹਨਾਂ ਦੋਵਾਂ ਤੋਂ ਇਲਾਵਾ ਦੁਨੀਆਂ ਵਾਸਤੇ ਪੋਸੀਬਲ ਨਹੀਂ ਕਿ ਵੱਡਾ ਹੋ ਕੇ ਕਿਹੜਾ ਬੱਚਾ ਉਸਾਮਾ ਬਿਨ ਲਾਦਿਨ ਬਣੇਗਾ, ਅਤੇ ਕਿਹੜਾ ਬੱਚਾ ਜਾ ਕੇ ਮਦਰ ਟੈਰੇਸਾ ਵਰਗਾ ਹੋ ਜਾਏਗਾ, ਕਿਹੜਾ ਬੱਚਾ ਭਗਤ ਪੂਰਨ ਸਿੰਘ ਨਿਕਲ ਆਵੇ, ਕੋਈ ਪਤਾ ਨਹੀਂ। ਜੇ ਇੱਦਾਂ ਪੋਸੀਬਲ ਹੁੰਦਾ, ਕੋਈ ਸਕੈਨ ਬਣੀ ਹੁੰਦੀ, ਤਾਂ ਫਿਰ ਤਾਂ ਬੱਚਿਆਂ ਦੇ ਵਿੱਚੋਂ ਆਪਾਂ ਬਲੱਡ ਦੇ ਸੈਂਪਲ ਲੈ ਕੇ ਉਹਨਾਂ ਦੇ ਬਲੱਡ 'ਚੋਂ ਵੇਖ ਲੈਂਦੇ ਵੀ ਇਹਦੇ ਅੰਦਰ ਕੀ ਚੱਲਦਾ। ਇਹ ਨਹੀਂ ਪੋਸੀਬਲ ਨਹੀਂ, ਇਹ ਜਾਣਿਆ ਨਹੀਂ ਜਾ ਸਕਦਾ, ਇਹ ਕੇਵਲ ਅਤੇ ਕੇਵਲ ਮਨੁੱਖ ਆਪ ਜਾਣਦਾ ਹੈ ਆਪਣੇ ਅੰਦਰ ਨੂੰ। ਇਸੇ ਕਰਕੇ ਬਾਣੀ ਵਾਰ ਵਾਰ ਇਹ ਤਾਕੀਦ ਕਰਦੀ ਹੈ ਵੀ ਮਨਾ ਆਪਣੇ ਅੰਦਰ ਨੂੰ ਪਰਤ,
ਦੁਨੀਆ ਭਰ ਦੀਆਂ ਬੁਰਾਈਆਂ ਵੇਖ ਵੇਖ ਕੇ, ਦੁਨੀਆ ਦੀਆਂ ਕਮੀਆਂ ਵੇਖ ਵੇਖ ਕੇ, ਤੇ ਆਹ ਵੀ ਮਾੜਾ ਉਹ ਵੀ ਮਾੜਾ, ਆਹ ਨਹੀਂ ਚੰਗਾ।